ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੱਲ ਇਮੀਗ੍ਰੇਸ਼ਨ ਮਿਨਿਸਟਰ ਸ਼ਾਨ ਫਰੇਜ਼ਰ ਦੀ ਲਾਈਵ ਇੰਟਰਵਿਊ ਚੱਲ ਰਹੀ ਸੀ ਤੇ ਉਹਨਾਂ ਨੇ ਇਮੀਗ੍ਰੇਸ਼ਨ ਦੇ ਨਵੇਂ ਮੈਜ਼ਰਮੈਂਟਸ ਬਾਰੇ ਬਹੁਤ ਕੁਝ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਕਿਵੇਂ ਕੰਮ ਕਰੇਗੀ। ਫਸਟ ਆਫ ਆਲ ਉਹਨਾਂ ਨੇ ਇਹ ਦੱਸਿਆ ਕਿ ਪਿਛਲੇ ਸਾਲ ਜਿਹੜਾ ਇਮੀਗ੍ਰੇਸ਼ਨ ਦਾ ਬਜਟ ਸੀਗਾ ਉਹ 85 ਮਿਲੀਅਨ ਡਾਲਰ ਦਾ ਸੀਗਾ, ਐਂਡ ਉਹ ਬਜਟ ਸਿਰਫ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਆ ਸਟੈਂਡਰਡ ਜਿਹੜੇ ਸੀਗੇ ਪਹਿਲਾਂ ਪ੍ਰੋਸੈਸਿੰਗ ਟਾਈਮ ਜਿਵੇਂ ਹੁੰਦਾ ਸੀਗਾ ਸਟੱਡੀ ਪਰਮਿਟ ਦਾ, ਵਰਕ ਪਰਮਿਟ ਦਾ, ਪਰਮਾਨੈਂਟ ਰੈਜ਼ੀਡੈਂਸੀ ਦਾ, ਉਹਨਾਂ ਨੂੰ ਬੈਕ ਟੂ ਬੇਸਿਕ ਲੈ ਕੇ ਆਉਣ ਦੇ ਵਿੱਚ ਹੈਲਪ ਕਰੇਗਾ। ਉਹਨਾਂ ਨੇ 500 ਹੋਰ ਬੰਦੇ ਹਾਇਰ ਕੀਤੇ ਹੋਏ ਨੇ ਜਿਹੜਾ ਕਿ ਉਹਨਾਂ ਦੇ ਬੈਕਲੌਗ ਨੂੰ ਫਿਨਿਸ਼ ਕਰਨ ਦੇ ਵਿੱਚ ਹੈਲਪ ਕਰੇਗਾ। ਸੈਕੰਡਲੀ ਉਹਨਾਂ ਨੇ ਇਹ ਕਿਹਾ ਆ ਕਿ ਉਹ ਇੱਕ ਪਰਮਾਨੈਂਟ ਰੈਜ਼ੀਡੈਂਸੀ ਟਰੈਕਰ ਜਿਹੜਾ ਆ ਕ੍ਰੀਏਟ ਕਰਨਗੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ, ਜਿਹਦੇ ਨਾਲ ਜਿਹੜੇ ਸਪਾਊਸਲ ਸਪਾਂਸਰਸ਼ਿਪ ਦੀਆਂ ਐਪਲੀਕੇਸ਼ਨਸ ਨੇ ਤੁਸੀਂ ਉਹ ਟਰੈਕ ਕਰ ਸਕਦੇ ਹੋ। ਉਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਇਮੀਗ੍ਰੇਸ਼ਨ ਜਿਹੜੀ ਆ ਫਸਟ ਕੁਆਟਰ ਦੇ ਵਿੱਚ, ਇਸ ਸਾਲ ਦੇ ਫਸਟ ਕੁਆਟਰ ਦੇ ਵਿੱਚ, ਦੈਟ ਮੀਨਸ ਆਉਣ ਵਾਲੇ 3 ਮਹੀਨਿਆਂ ਦੇ ਵਿੱਚ 1,47,000 ਪਰਮਾਨੈਂਟ ਰੈਜ਼ੀਡੈਂਸੀ ਦੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਫਾਈਨਲ ਕਰੇਗੀ, ਜਿਹੜੀਆਂ ਕਿ 2021 ਦੇ ਨਾਲੋਂ ਡਬਲ ਰਹਿਣਗੀਆਂ ਨੰਬਰਸ ਦੇ ਵਿੱਚ। ਐਂਡ ਸੈਕਿੰਡਲੀ ਹੀ ਟੋਲ ਕਿ ਜਿਹੜਾ ਟੀਅਰ ਟੂ ਪੀਅਰ ਪਾਥਵੇ ਆਇਆ ਸੀਗਾ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ, ਐਂਡ ਹੀ ਹੈਵ ਲਰਨਡ ਅ ਲੋਟ ਆਫ ਥਿੰਗਸ। ਸੋ ਬੇਸਿਕਲੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਸੌਖੀ ਕੋਈ ਵੀ ਪਬਲਿਕ ਪਾਲਿਸੀ ਨਹੀਂ ਆਊਗੀ। ਸੋ ਜਦੋਂ ਰਿਪੋਰਟਰਸ ਨੇ ਉਹਨਾਂ ਨੂੰ ਐਕਸਪ੍ਰੈਸ ਐਂਟਰੀ 'ਤੇ ਕੁਐਸਚਨ ਪੁੱਛਿਆ ਤਾਂ ਉਹਨਾਂ ਨੇ ਕੋਈ ਵੀ ਐਸ ਸੱਚ ਕਲੀਅਰ ਕੱਟ ਆਂਸਰ ਨਹੀਂ ਦਿੱਤਾ, ਅਤੇ ਹੀ ਸੈਡ ਕਿ ਅਸੀਂ ਕੰਮ ਕਰ ਰਹੇ ਹਾਂ, ਇਮੀਗ੍ਰੇਸ਼ਨ ਜਿਵੇਂ ਵਰਕ ਕਰਦੀ ਆ ਉਵੇਂ ਹੀ ਕਰੇਗੀ, ਕਿਉਂਕਿ ਕੈਨੇਡਾ ਜਿਹੜਾ ਆ, ਕੈਨੇਡਾ ਦੀ ਇਕਾਨਮੀ ਹੈਗੀ ਆ ਉਹ ਇਮੀਗ੍ਰੇਸ਼ਨ 'ਤੇ ਹੀ ਡਿਪੈਂਡ ਕਰ ਰਹੀ ਆ। ਬਟ ਉਹਨਾਂ ਨੇ ਐਕਸਪ੍ਰੈਸ ਐਂਟਰੀ ਦੇ ਡਰੋਅ ਕਦੋਂ ਤੱਕ ਆਉਣਗੇ ਇਸ ਚੀਜ਼ ਬਾਰੇ ਕੁਛ ਨਹੀਂ ਦੱਸਿਆ। ਬਾਕੀ ਸਾਰੇ ਜਣੇ ਹੋਪ ਲੂਜ਼ ਨਾ ਕਰੋ, 11 ਫਰਵਰੀ ਨੂੰ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਵੇਗਾ ਉਹਦੇ ਵਿੱਚ ਸਾਰੇ ਮੈਂਡੇਟਸ ਜਿਹੜੇ ਆ ਉਹ ਕਲੀਅਰ ਹੋਣਗੇ, ਦੈਨ ਉਹ ਆਪਣੇ ਜਿੰਨੇ ਵੀ ਪਲਾਨਸ ਹੈਗੇ ਨੇ ਡਿਸਕਸ ਕਰਨਗੇ। ਥੈਂਕ ਯੂ।